ਲਓ ਜੀ ਲਾਹੌਰ ਪਹੁੰਚੇ ਹੋਏ ਹਾਂ। ਲਾਹੌਰ ਪਹੁੰਚ ਕੇ ਨਾ ਅਸੀਂ ਇੱਥੇ ਦੇ ਰੋਡ 'ਤੇ ਘੁੰਮ ਰਹੇ ਹਾਂ, ਤੁਹਾਨੂੰ ਮੈਂ ਦਿਖਾ ਰਿਹਾ ਬਾਹਰ ਲਾਹੌਰ ਦਾ ਸ਼ਹਿਰ ਹੈ। ਇੱਥੇ ਅਸੀਂ ਇੱਕ ਬੰਦਾ ਲੱਭਦੇ ਸੀ, ਚਾਚਾ ਫੀਕਾ। ਚਲੋ ਉਹ ਤਾਂ ਲੱਭ ਜੂਗਾ, ਕਿਸੇ ਨੂੰ ਪੁੱਛ ਲਾਂਗੇ ਐਡਰੈਸ ਉਹਦਾ, ਪਰ ਉਹਦੇ ਲੱਭਣ ਨਾਲ ਨਾਲ ਚਾਚੇ ਫੀਕੇ ਲਈ ਚਾਚੀ ਲੱਭਣੀ ਹੈ, ਜੇ ਤੁਸੀਂ ਮਦਦ ਕਰ ਸਕਦੇ ਹੋਈ। ਅਸੀਂ ਨਾ ਕੁਛ ਬੰਦੇ ਲੱਗੇ ਹੋਏ ਇਸ ਕੰਮ ਦੇ ਵਿੱਚ। ਸੋ ਆ ਦੇਖੋ, ਅਸੀਂ ਤਿੰਨ ਬੰਦੇ ਸੀ ਗੱਡੀ 'ਚ, ਹੋਰ ਮੈਂ ਕਈ ਰਿਸ਼ਤੇ ਕਰਾਏ ਫਿਲਮਾਂ 'ਚ। ਮੈਂ ਕਿਹਾ ਚੱਲ ਵਿਚਾਰੇ ਚਾਚੇ ਫੀਕੇ ਲਈ ਵੀ ਕੋਈ ਕੁੜੀ ਲੱਭ ਦਿਆਂ, ਥੋੜੇ ਬਹੁਤ ਝੂਠ ਝਾਠ ਬੋਲਣਾ ਪੈਂਦਾ ਰਿਸ਼ਤਾ ਕਰਾਉਣ ਵਾਲਿਆਂ ਨੂੰ। ਹੋ ਸਕਦਾ ਵੀ ਤੁਸੀਂ ਇਹ ਕੰਮ ਕਰ ਸਕੋ, ਠੀਕ ਹੈ ਜੀ। ਪਰ ਜਿਹੜਾ ਆਪਣਾ ਵੀ ਚਾਚਾ ਲੱਗਦਾ ਉਹਦਾ ਰਿਸ਼ਤਾ ਕਰਾਉਣਾ ਠੀਕ ਲੱਗਦਾ? ਗਲਤ ਹਾਲੇ ਗਲਤ ਲੱਗਦੀ ਹੈ, ਕਿਸੇ ਦੀ ਕੁੜੀ ਹੋਈ ਨਾ ਡੋਬਦੀ ਹੈ ਕਿਤੇ। ਲੈ ਉਹ ਦੇਖਿਆ, ਮੈਂ ਜਿਹੜਾ ਆਪਣਾ ਸੀਗਾ ਪਾਰਸ, ਉਹਨੂੰ ਮੈਂ ਆਖਿਆ, ਮੈਂ ਕਿਹਾ ਤੈਨੂੰ ਰਿਸ਼ਤਾ ਕਰਾਉਣੀ ਆ, ਤੇ ਉਹ ਕਹਿੰਦਾ ਤੁਹਾਡੀ ਕੀ ਲੱਗਦੀ ਹੈ? ਮੈਂ ਕਿਹਾ ਮਾਸੀ ਲੱਗਦੀ ਹੈ। ਕਹਿੰਦਾ ਜਿਹੜੀ ਤੇਰੀ ਵੀ ਮਾਸੀ ਹੈ ਉਹਦਾ ਕਰਾਉਣੀ ਆ, ਉਹੀ ਗੱਲ ਕਰਦੀ। ਉਹੀ ਗੱਲ ਹੋ ਗਈ, ਸਹੀ ਗੱਲ ਹੈ। ਚਲੋ ਕੋਈ ਚਾਚੀ ਲੱਭਣ ਹੈ ਜੇ ਪਤਾ ਲੱਗਿਆ ਤਾਂ ਦੱਸੋ ਜੀ, ਫਿਰ ਮਰ ਜਾਏ ਨੇ, ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਇਹ ਮਸਲਾ ਜ਼ਰੂਰ ਹੱਲ ਕਰੀਏ ਆਪਾਂ ਪਹਿਲਾਂ, ਬਾਕੀ ਤਾਂ ਸਾਰੇ ਕਰਦੇ ਰਹੋ। मैं सुबह पंजाब से आई हूँ, भारत से, इंडिया से, और सिक्योरिटी के लिए आप लोगों ने सच्ची में हम लोगों को जो तहे दिल से प्यार दिया है, जो हम लोगों का वेलकम किया है, वो काबिल तारीफ़ है। यहाँ की जो मरियम बीवी हैं उनके लिए मैं तहे दिल से उनका शुक्रगुजार करूँगी, और खुदा से ये दरख्वास्त करती हूँ कि उन्हें लंबी आयु बख्शें, उनकी उम्र दराज हो और उन्हें सेहत दे, ताकि उन्होंने जितने अच्छे काम किए, जितना अच्छा वेलकम किया है, एक खिदमत एक बीवी होने के नाते उन्होंने, बहुत ही हम तहे दिल से शुक्रगुजार हैं उनके कि उन्होंने हमारे जज्बातों को समझा है। अल्लाह उनको इस नेक काम के लिए और लंबी उम्र बख्शे, और उन्हें ऐसा ही नेक काम करने के लिए हमेशा उनको मार्गदर्शन करते रहें, उनका मतलब उनको हौसला अफजाई देते रहें, ताकि वो ऐसा नेक काम करें और हम लोगों को ऐसे ही वेलकम करते रहें। थैंक यू वेरी मच सर।